welcom to my channel te aaj munji 1509 munji 1692 munji refine munji 6 munji 9 de rate na hazir ha lekin agge turan to pehla tade agge ek tarah has ke agar tusan saada channel subscribe nahi kita ta bahut meharban channel subscribe karo bell icon nu press karo video like te share karna mat bhuliyo sab to pehla gal kare da han refine di aaj da rate sahiwal ch da han refine da rate hai 3800 to laake 4400 rupaye per man da han refine da sahiwal ch rate hai 3800 to laake 4400 rupaye per man arraf wala ch ਧਾਨੇ ਰਿਫਾਈਨ ਦਾ ਅੱਜ ਦਾ ਰੇਟ ਹੈ 4200 ਤੋਂ ਲੈ ਕੇ 4700 ਰੁਪਏ ਪਰ ਮਨ ਹਰਫ ਵਾਲਾ ਧਾਨੇ ਰਿਫਾਈਨ ਦਾ ਅੱਜ ਦਾ ਰੇਟ ਹੈ 4200 ਤੋਂ ਲੈ ਕੇ 4700 ਰੁਪਏ ਪਰ ਮਨ ਭਾਵਨਗਰ ਦੇ ਧਾਨੇ ਰਿਫਾਈਨ ਦਾ ਰੇਟ ਹੈ 4000 ਤੋਂ ਲੈ ਕੇ 4690 ਰੁਪਏ ਪਰ ਮਨ ਭਾਵਨਗਰ ਚ ਧਾਨੇ ਰਿਫਾਈਨ ਦਾ ਅੱਜ ਦਾ ਰੇਟ ਹੈ ਮੁੰਜੀ ਰਿਫਾਈਨ ਦਾ ਰੇਟ ਹੈ 4000 ਤੋਂ ਲੈ ਕੇ 4690 ਰੁਪਏ ਪਰ ਮਨ ਇਸ ਬਾਅਦ ਗੱਲ ਕਰੇ ਧਾਨੇ 60 ਅੱਜ ਦਾ ਰੇਟ ਸਾਂ ਇਹ ਅੱਜ ਧਾਨੇ 60 ਅੱਜ ਦਾ ਰੇਟ ਹੈ 3500 ਤੋਂ ਲੈ ਕੇ 3800 ਰੁਪਏ ਪਰ ਮਨ ਧਾਨੇ 60 ਅੱਜ ਦਾ ਰੇਟ ਸਹੀਵਾਲ ਵਿੱਚ 3500 ਤੋਂ ਲੈ ਕੇ 3800 ਰੁਪਏ ਪਰ ਮਨ ਆਰਵ ਵਾਲਾ ਜਿਹੜਾ ਦਹਾਨ 16 ਦਾ ਇਹ ਮੁੰਜੀ 16 ਦਾ ਅੱਜ ਦਾ ਰੇਟ ਹੈ 3500 ਤੋਂ ਲੈ ਕੇ 3850 ਰੁਪਏ ਪਰ ਮਨ 39 ਦਾ ਅੱਜ ਦਾ ਰੇਟ ਹੈ 4500 ਤੋਂ ਲੈ ਕੇ 4700 ਰੁਪਏ ਪਰ ਮਨ ਇਸ ਤੋਂ ਬਾਅਦ ਗੱਲ ਕਰਾਂ ਦਹਾਨ 1692 ਦੀ ਅੱਜ ਦਾ ਰੇਟ ਦਹਾਨ 1692 ਦਾ ਸਹੀਵਾਲ ਵਿੱਚ ਰੇਟ ਹੈ 4800 ਤੋਂ ਲੈ ਕੇ 5600 ਰੁਪਏ ਪਰ ਮਨ ਸਹੀਵਾਲ 'ਚ ਦਹਾਨ 1692 ਦਾ ਅੱਜ ਦਾ ਰੇਟ ਹੈ 4800 ਤੋਂ ਲੈ ਕੇ 5600 ਰੁਪਏ ਪਰ ਮਨ ਆਰਵ ਵਾਲਾ ਜਿਹੜਾ ਦਹਾਨ 1692 ਦਾ ਅਜ ਦਾ ਰੇਟ ਹੈ 4800 ਤੋਂ ਲੈ ਕੇ 5500 ਰੁਪਏ ਪਰ ਮਨ ਹਾਰਫ ਵਾਲਾ ਜਮ ਮੁੰਜੀ 1692 ਦਾ ਦਹਾਨ 1692 ਦਾ ਅਜ ਦਾ ਰੇਟ ਹੈ 4800 ਤੋਂ ਲੈ ਕੇ 5500 ਰੁਪਏ ਪਰ ਮਨ ਭਾਵਨਗਰ ਤੇ ਭਾਵਨਗਰ ਤੇ ਦਹਾਨ 1692 ਦਾ ਅਜ ਦਾ ਰੇਟ ਹੈ 5000 ਤੋਂ ਲੈ ਕੇ 57550 ਰੁਪਏ ਪਰ ਮਨ ਭਾਵਨਗਰ ਤੇ ਦਹਾਨ 1692 ਦਾ ਅਜ ਦਾ ਰੇਟ ਹੈ 5000 ਤੋਂ ਲੈ ਕੇ 57550 ਰੁਪਏ ਪਰ ਮਨ ਇਹਦੇ ਬਾਅਦ ਗੱਲ ਕਰਨ ਦਹਾਨ 1509 ਦੀ ਅਜ ਦਾ ਰੇਟ ਦਹਾਨ 1509 ਅਜ ਦਾ ਰੇਟ ਆਰਫ ਵਾਲੇ ਦਹਾਨ 1509 ਦਾ ਅੱਜ ਦਾ ਰੇਟ ਹੈ 4800 ਤੋਂ ਲੈ ਕੇ 5500 ਰੁਪਏ ਪਰ ਮਨ ਆਰਫ ਵਾਲੇ ਚ ਦਹਾਨ 1509 ਦਾ ਅੱਜ ਦਾ ਰੇਟ ਹੈ 4800 ਤੋਂ ਲੈ ਕੇ 5500 ਰੁਪਏ ਪਰ ਮਨ ਸਹੀਵਾਲ ਵਿੱਚ ਦਹਾਨ 1509 ਦਾ ਅੱਜ ਦਾ ਰੇਟ ਹੈ 4800 ਤੋਂ ਲੈ ਕੇ 5600 ਰੁਪਏ ਪਰ ਮਨ ਸਹੀਵਾਲ ਚ ਦਹਾਨ 1509 ਦਾ ਅੱਜ ਦਾ ਰੇਟ ਹੈ 4800 ਤੋਂ ਲੈ ਕੇ 5600 ਰੁਪਏ ਪਰ ਮਨ ਬਹਾਵਲੰਗਰ ਚ ਦਹਾਨ 15 ਜਰ 9 ਦਾ ਅੱਜ ਦਾ ਰੇਟ ਹੈ 5000 ਤੋਂ ਲੈ ਕੇ 5750 ਰੁਪਏ ਪਰ ਮਨ ਐਸਨ ਆਜ ਦੇ ਮੁੰਜੀ ਦੇ ਦਾ ਹਾਂ ਦੇ ਰੇਟਸ ਯਾਦ ਰੱਖੇ ਕਿ ਮਾਰਕੀਟ ਵਿੱਚ ਦਿੰਦੁਕਾਤ ਚ ਉਤਾਰ-ਚੜਾਅ ਰਹਿੰਦਾ ਤੇ ਮਾਰਕੀਟ ਟੂ ਮਾਰਕੀਟ ਵੀ ਰੇਟ ਬਦਲਦੇ ਰਹਿੰਦੇ ਨੇ ਉਤਾਰ-ਚੜਾਅ ਰਹਿੰਦਾ ਤੇ ਜਿਹੜੇ ਰੇਟ ਹੁੰਦੇ ਨੇ ਉਹ ਮਾਲ ਤੇ ਡਿਪੈਂਡ ਕਰ ਰਹਿੰਦੇ ਨੇ ਜਿਵੇਂ ਨਮਾਲ ਹੋਵੇ ਤਾਂ ਉਹਦਾ ਰੇਟ ਹੁੰਦੇ ਅਗਰ ਮਾਲ ਚੰਗਾ ਹੋਵੇ ਤਾਂ ਟ੍ਰੇਡ ਕਿੰ ਤਰ੍ਹਾਂ ਚੰਗੇ ਲੱਗਦੇ ਅਗਰ ਮਾਲ ਵਿੱਚ ਕਮੀ ਪੈਛੇ ਹੋਏ ਤਾਂ ਟ੍ਰੇਡ ਕਿੰ ਤਰ੍ਹਾਂ ਥੱਲੇ ਆਉਂਦੇ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਏ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭ